ਅਤੇ ਹੁਣ ਗੱਲ ਕਰਾਂਗੇ ਨਸ਼ਾ ਖਤਮ ਕਰਨ ਦੀ। ਦਰਅਸਲ ਇਹ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀਆਂ ਨੇ, ਕਿਉਂਕਿ ਪੰਜਾਬ 'ਤੇ ਨਸ਼ੇ ਵਰਗਾ ਕਲੰਕ ਹਮੇਸ਼ਾ ਲੱਗਦਾ ਹੀ ਰਹਿੰਦਾ ਹੈ। ਹੁਣ ਚੋਣਾਂ ਦਾ ਸਮਾਂ ਨਜ਼ਦੀਕ ਹੈ ਤਾਂ ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਸ਼ੁਰੂ ਹੋ ਗਈ ਨਸ਼ਾ ਵਿਰੋਧੀ ਮੁਹਿੰਮ। ਨਿਤੀਸ਼ ਸਰਕਾਰ ਦੇ ਵੱਲੋਂ ਬਿਹਾਰ 'ਚ ਸ਼ਰਾਬ ਬੰਦ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਚੋਣਾਂ ਦਾ ਸਮਾਂ ਨਜ਼ਦੀਕ ਹੁੰਦੇ ਦੇਖ ਨਸ਼ੇ ਦੇ ਖਿਲਾਫ ਮੁਹਿੰਮ ਛੇੜ ਦਿੱਤੀ ਹੈ। ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਿੰਡਾਂ ਪਿੰਡਾਂ 'ਚ ਜਾ ਕੇ ਪੰਚਾਂ ਸਰਪੰਚਾਂ ਦੇ ਨਾਲ ਨਸ਼ੇ ਦੇ ਖਿਲਾਫ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇੰਨਾ ਹੀ ਨਹੀਂ, ਨਸ਼ਾ ਫੜਵਾਉਣ ਵਾਲੇ ਨੂੰ ਨਕਦੀ ਇਨਾਮ ਮਿਲੇਗਾ ਤੇ ਉਸਦਾ ਨਾਂ ਵੀ ਗੁਪਤ ਰੱਖਿਆ ਜਾਏਗਾ। ਖੁਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ SSP ਪਹੁੰਚੇ, ਜਿਨ੍ਹਾਂ ਇਸ ਸੰਬੰਧੀ ਜਾਣਕਾਰੀ ਦਿੱਤੀ। ਡਿਪਟੀ CM ਸਾਹਿਬ ਦੀ ਅਤੇ DGP ਸਾਹਿਬ ਦੀ ਮੀਟਿੰਗ ਹੋਈ ਸੀ, ਉਹਦੇ 'ਚ ਸਾਨੂੰ ਬੜੀਆਂ ਸਖਤ ਹਦਾਇਤਾਂ ਹੋਈਆਂ ਸੀਗੀਆਂ ਕਿ ਸਾਰੇ ਜਿਹੜੇ ਸਾਡੇ ਉੱਚ ਅਧਿਕਾਰੀ ਆ ਸਾਰੇ ਪਿੰਡਾਂ 'ਚ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾਣਗੇ, ਜਾ ਕੇ ਲੋਕਾਂ ਨੂੰ ਸਾਰੇ NGO ਨੂੰ ਨਾਲ ਲੈ ਕੇ ਪੰਚਾਇਤਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਅਵੇਅਰ ਵੀ ਕਰਨਗੇ ਅਤੇ ਇਹਦੇ ਬਾਰੇ ਜਾਣਕਾਰੀ ਵੀ ਦੇਣਗੇ ਵੀ ਅਸੀਂ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ। ਨਾ ਜੀ, ਇਹ ਜਿਹੜੀ ਪੂਰੇ ਸਟੇਟ ਪੱਧਰ 'ਤੇ ਜੋ ਸਰਕਾਰ ਵੱਲੋਂ ਆਦੇਸ਼ ਹੋਏ ਨੇ ਉਹਨਾਂ ਦੇ ਤਹਿਤ ਹੀ ਆਪਣੇ ਡਿਸਟ੍ਰਿਕਟ ਦੇ ਵਿੱਚ ਪ੍ਰਸ਼ਾਸਨ SSP ਸਾਹਿਬ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਅੱਜ ਇਹ ਮੁਹਿੰਮ ਚਲਾਈ ਗਈ ਹੈ। ਅਲੱਗ ਅਲੱਗ ਪਿੰਡਾਂ ਦਾ ਗਰੁੱਪ ਬਣਾ ਕੇ ਉੱਥੇ ਅਲੱਗ ਅਲੱਗ ਆਫਿਸਰਸ ਗਏ ਨੇ, ਇਹ ਗੌਰੀਆਂ ਚੌਂਕੀ 'ਚ ਅਸੀਂ ਆਏ। ਇਸ ਦੇ ਵਿੱਚ ਇਹੀ ਹੈ ਕਿ ਜੋ ਮੁਤਬਰ ਬੰਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਨਾਲ ਤਾਲਮੇਲ ਕਰਕੇ ਸੁਸਾਇਟੀ ਦੇ ਨਾਲ ਵੀ ਨਸ਼ਿਆਂ ਦਾ ਇੱਕ ਤਾਂ ਮੈਸੇਜ ਦੇਣਾ ਨਸ਼ਿਆਂ ਦੇ ਖਿਲਾਫ, ਅਤੇ ਦੂਸਰਾ ਇਹ ਵੀ ਨਸ਼ਿਆਂ ਦੇ ਲਈ ਉਹਨਾਂ ਦੇ ਅਗੇਂਸਟ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅਸੀਂ ਪੂਰੇ ਸਖਤ ਹਾਂ। ਉਧਰ ਜਦੋਂ ਵੀ ਨਸ਼ੇ ਦੀ ਗੱਲ ਛਿੜਦੀ ਹੈ ਤਾਂ ਸਿਆਸੀ ਪਾਰਟੀਆਂ 'ਚ ਹਲਚਲ ਤਾਂ ਆਪਣੇ ਆਪ ਛਿੜ ਜਾਂਦੀ ਹੈ। 3 ਹਫ਼ਤਿਆਂ ਅੰਦਰ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਸਾਹਿਬ ਨੇ ਇਸ ਮੁਹਿੰਮ ਲਈ ਪ੍ਰਸ਼ਾਸਨ ਦਾ ਤਾਂ ਧੰਨਵਾਦ ਕੀਤਾ, ਪਰ ਬਾਦਲ ਸਰਕਾਰ ਨੂੰ ਇਸ ਮਸਲੇ 'ਤੇ ਖੂਬ ਰਗੜਿਆ। ਅੱਛੀ ਗੱਲ ਹੈ, ਇਫ ਦ DC ਐਂਡ SSP ਕੈਨ ਡੂ ਇਟ, ਵੈਰੀ ਗੁੱਡ। ਆਈ ਹੋਪ ਐਵਰੀ DC ਐਂਡ SSP ਡਸ ਦਿਸ ਔਰ ਇਹ ਨਸ਼ੇ ਖਤਮ ਕਰਨ। ਇੱਥੇ ਬਾਦਲ ਸਾਹਿਬ ਤੋਂ 9.5 ਸਾਲ ਤੱਕ ਯਾਦ ਨਹੀਂ ਆਇਆ ਬਾਦਲ ਨੂੰ, ਹੁਣ ਯਾਦ ਆਇਆ ਉਹਨੂੰ। ਹੁਣ ਇਲੈਕਸ਼ਨਾਂ ਆਉਂਦੀਆਂ ਨੇ, ਉਹ ਜਾਣਦਾ ਕਿ ਪੰਜਾਬ ਨਸ਼ਿਆਂ 'ਚ ਡੁੱਬਿਆ ਹੋਇਆ, ਇਹਨਾਂ ਨੇ ਬਣਾਇਆ ਹੋਇਆ ਹਾਲਾਤ। ਕਿਹਨੇ ਨਸ਼ੇ ਉਰੇ ਬਣਾਏ ਨੇ? ਇਹੀ ਤਾਂ ਲਿਆਏ ਨੇ, ਇਹੀ ਤਾਂ ਪ੍ਰੋਟੈਕਟ ਕਰ ਰਹੇ ਨੇ। 4 ਹਫ਼ਤੇ ਮੈਂ ਕਹਿ ਸਕਿਆ ਕਿ 4 ਹਫ਼ਤਿਆਂ 'ਚ, ਕਿਉਂਕਿ ਪੁਲਿਸ ਨੂੰ ਸਾਰਿਆਂ ਨੂੰ ਪਤਾ, ਹਰ ਥਾਣੇਦਾਰ ਨੂੰ ਪਤਾ ਕਿ ਕਿੱਥੇ ਇੱਥੇ ਹੋ ਰਿਹਾ। ਇੱਥੇ ਅਗਰ ਪੋਲੀਟੀਕਲ ਵਿਲ ਹੋਏ, ਨਸ਼ਾ ਚੱਲ ਹੀ ਨਹੀਂ ਸਕਦਾ। ਔਰ ਪੋਲੀਟੀਕਲ ਵਿਲ ਅਗਰ ਦੇ ਅਸੀਂ ਇਹਨਾਂ ਨੂੰ ਸਪੋਰਟ ਦੇਈਏ ਔਰ ਚੰਗੇ ਅਫਸਰ ਲਾਈਏ, ਇਹਦਾ ਮੈਂ ਬਿਲਕੁਲ ਖਤਮ ਕਰ ਦੇਣਗੇ, 4 ਹਫ਼ਤਿਆਂ ਦੀ ਲੋੜ ਵੀ ਨਹੀਂ ਹੈ। ਬੇਸ਼ੱਕ ਨਸ਼ਾ ਰੋਕੂ ਮੁਹਿੰਮ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਕੀ ਇਸ ਵਾਰ ਵੀ ਸਿਰਫ ਪੰਜਾਬ ਸਰਕਾਰ ਸੁਰਖੀਆਂ ਹੀ ਬਟੋਰੇਗੀ ਜਾਂ ਫਿਰ ਇਸ ਧੰਦੇ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਵੀ ਸ਼ਿਕੰਜੇ 'ਚ ਲਿਆ ਜਾਵੇਗਾ? ਨਿਊਜ਼ ਐਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਨਵਲ ਗਰਗ, ਗਲੋਬਲ ਪੰਜਾਬ TV, ਸੰਗਰੂਰ।